ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਡੱਲਾ ਪੰਜਾਬ ਇਸ ਵੇਲੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੋਵਿਡ ਦੀ ਉਸ ਤੋਂ ਬਾਅਦ ਪੰਜਾਬ ਚ ਗਰਮ ਹੋਈ ਸਿਆਸਤ ਦੀ ਗੱਲ ਕਰਾਂਗੇ ਕੋਵਿਡ ਦੀ ਗੱਲ ਦਾ ਰੁਖ ਕਰਦੇ ਹਾਂ ਪੰਜਾਬ ਦੇ ਵਿੱਚ ਕੁੱਲ ਪੋਜ਼ਿਟਿਵ ਮਰੀਜ਼ਾਂ ਦਾ ਅੰਕੜਾ 7357 ਤੋਂ ਪਾਰ ਹੋ ਚੁੱਕਿਆ ਹੈ ਜਦ ਕਿ ਹੁਣ ਤੱਕ ਪੰਜਾਬ ਦੇ ਵਿੱਚ 378000 45 ਸੈਂਪਲ ਨੇ ਜਿਹੜੇ ਕੀਤੇ ਜਾ ਚੁੱਕੇ ਨੇ ਉਹਨਾਂ ਦੇ ਵਿੱਚੋਂ 7357 ਸੈਂਪਲ ਨੇ ਜਿਹੜੇ ਉਹ ਪੋਜ਼ਿਟਿਵ ਐਲਾਨੇ ਗਏ ਨੇ ਅਜ ਤੱਕ ਔਰ ਪੰਜਾਬ ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 5000 ਤੋਂ ਪਾਰ ਹੋਈ ਹੈ ਸੋ ਹੁਣ ਤੱਕ ਪੰਜਾਬ ਦੇ ਵਿੱਚ ਠੀਕ ਹੋਣ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ 5017 ਤੋਂ ਪਾਰ ਹੋ ਗਈ ਹੈ ਔਰ 2153 ਲੋਕ ਨੇ ਜਿਹੜੇ ਹੁਣ ਵੀ ਵੱਖ-ਵੱਖ ਹਸਪਤਾਲਾਂ ਦੇ ਵਿੱਚ ਨੇ ਵੱਖ-ਵੱਖ ਆਈਸੋਲੇਸ਼ਨ ਸੈਂਟਰਾਂ ਦੇ ਵਿੱਚ ਨੇ ਉਹ ਇਲਾਜ ਤੇ ਆਈਸੋਲੇਸ਼ਨ ਦੇ ਆਈਸੋਲੇਸ਼ਨ ਦੇ ਅਧੀਨ ਨੇ 59 ਲੋਕ ਨੇ ਜਿਨ੍ਹਾਂ ਨੂੰ ਆਕਸੀਜਨ ਦੀ ਸਪੋਰਟ ਦਿੱਤੀ ਗਈ ਹੈ ਔਰ 9 ਵਿਅਕਤੀ ਹਾਲੇ ਵੀ ਕ੍ਰਿਟੀਕਲ ਨੇ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਸਪੋਰਟ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵੱਲੋਂ ਇਹ ਬੁਲੇਟਿਨ ਹੈ ਜਿਹੜਾ ਇਹ ਪਿਛਲਾ ਕੱਲ ਸ਼ਾਮ ਦਾ ਬੁਲੇਟਿਨ ਜਾਰੀ ਕੀਤਾ ਗਿਆ ਜਿਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 187 ਹੁਣ ਤੱਕ ਕੁੱਲ ਪੰਜਾਬ ਚ ਲੋਕ ਨੇ ਜਿਹੜੇ ਉਹ ਸਵਰਗਵਾਸ ਹੋ ਚੁੱਕੇ ਨੇ ਔਰ ਬੀਤੇ 24 ਘੰਟਿਆਂ ਦੌਰਾਨ 217 ਨਵੇਂ ਪੋਜ਼ਿਟਿਵ ਮਾਮਲੇ ਪੰਜਾਬ ਚ ਆਏ ਨੇ 41 ਲੁਜਾਨਾ ਚ ਨੇ ਇਹਨਾਂ ਦੇ ਵਿੱਚ ਹੈਲਥ케ਅਰ ਵਰਕਰ ਵੀ ਨੇ ਪੁਲਿਸ ਪਰਸਨਲ ਦਾ ਵੀ ਇੱਕ ਕੇਸ ਹੈ OPD ਦੇ ਕੇਸ ਵੀ ਨੇ ਪੋਜ਼ਿਟਿਵ ਸੰਪਰਕਾਂ ਚੋਂ ਵੀ ਨੇ ਅਤੇ ਨਵੇਂ ਕੇਸ ਵੀ ਨੇ ਲੁਜਾਨਾ ਚ 41 ਨੇ ਇਸੇ ਤਰ੍ਹਾਂ ਜਲੰਧਰ ਚ 68 ਆਏ ਨੇ 48 ਪੋਜ਼ਿਟਿਵ ਸੰਪਰਕਾਂ ਚੋਂ ਹੈ 18 ਨਵੇਂ ਕੇਸ ਹੈ ਅਮਰਸਰ ਚ 16 ਪਿਛਲੇ 24 ਘੰਟਿਆਂ ਦੇ ਦੌਰਾਨ ਇਹਨਾਂ ਦੇ ਵਿੱਚੋਂ 4 ਸੈਲਫ ਰਿਪੋਰਟਡ ਵੀ ਨੇ ਬਾਕੀ ਨਵੇਂ ਵੀ ਨੇ ਪੋਜ਼ਿਟਿਵ ਸੰਪਰਕਾਂ ਚੋਂ ਵੀ ਨੇ ਸ਼ੰਗਰੂਰ ਚ 13 ਨੇ 3 ਦੀ ਟਰੈਵਲ ਹਿਸਟਰੀ ਬਿਹਾਰ ਦੀ ਹੈ ਇਸ ਤੋਂ ਇਲਾਵਾ ਬਾਕੀ ਪੋਜ਼ੀਟਿਵ ਸੰਪਰਕਾਂ ਚੋ ਵੀ ਨੇ ਹੈਲਥ케ਅਰ ਵਰਕਰ ਵੀ ਨੇ ਪੁਲਿਸ ਮੁਲਾਜ਼ਮ ਵੀ ਨੇ ਇਹ ਸ਼ੰਗਰੂਰ ਦਾ ਹਾਲ ਹੈ ਪਟਿਆਲਾ ਚ 22 ਨੇ 7 ਪੋਜ਼ੀਟਿਵ ਸੰਪਰਕਾਂ ਚੋਂ ਨੇ 15 ਨਵੇਂ ਨੇ ਮੁਹਾਲੀ ਚ 22 ਨੇ ਇੱਕ ਇੰਟਰ ਸਟੇਟ ਟਰੈਵਲਰ ਨੇ 11 ਪੋਜ਼ੀਟਿਵ ਸੰਪਰਕਾਂ ਚੋਂ ਨੇ ਕਈ ਨਵੇਂ ਨੇ ਬਾਕੀ ਗੁਰਦਾਸਪੁਰ ਚ 8 ਨੇ 5 ਸੰਪਰਕ 3 ਪੰਜ ਨਵੇਂ ਨੇ ਤਿੰਨ ਪੋਜ਼ਿਟਿਵ ਸੰਪਰਕਾਂ ਚੋਂ ਪਠਾਨਕੋਟ 4 ਨੇ ਚਾਰੇ ਲੋਕਲ ਨੇ ਤਿੰਨ ਪੋਜ਼ਿਟਿਵ ਸੰਪਰਕਾਂ ਚੋਂ ਤਰਨਤਾਰਨ ਚ ਤਿੰਨ ਨੇ ਇੱਕ ਡੋਮੈਸਟਿਕ ਟਰੈਵਲਰ ਹੈ ਔਰ ਦੋ ਨਵੇਂ ਕੇਸ ਨੇ ਖੁਸ਼ਾਲਪੁਰ ਦੇ ਵਿੱਚ ਤਿੰਨ ਨੇ ਟਰੈਵਲ ਹਿਸਟਰੀ ਹੈ ਬਿਹਾਰ ਦੀ ਸ਼ਹੀਦ ਭਗਤ ਸਿੰਘ ਨਗਰ ਪੰਜ ਨੇ ਤਿੰਨ ਪੋਜ਼ਿਟਿਵ ਸੰਪਰਕਾਂ ਚੋਂ ਦੋ ਨਵੇਂ ਨੇ ਫਰੀਦਕੋਟ ਇੱਕ ਪੋਜ਼ਿਟਿਵ ਸੰਪਰਕਾਂ ਚੋਂ ਹੈ ਮੁਕਸਰੀ ਇੱਕ ਟਰੈਵਲ ਹਿਸਟਰੀ ਦਿੱਲੀ ਦੀ ਫਿਰੋਜ਼ਪੁਰ 4 ਹੈ ਚਾਰੇ ਨਵੇਂ ਕੇਸ ਸੈਲਫ ਰਿਪੋਰਟਡ ਫਤਗੜ ਸਾਹਿਬ ਦੋ ਇੱਕ ਪੋਜ਼ਿਟਿਵ ਸੰਪਰਕਾਂ ਚੋਂ ਇੱਕ ਨਵਾਂ ਮੋਗਾ ਚ ਇੱਕ ਨਵਾਂ ਕੇਸ ਹੈ ਬਠਿੰਡਾ ਚ ਪੰਜ ਨੇ ਇੱਕ ਦੀ ਟਰੈਵਲ ਹਿਸਟਰੀ ਯੂਪੀ ਦੀ ਹੈ ਔਰ ਇੱਕ ਹੈਲਥ케ਅਰ ਵਰਕਰ ਵੀ ਬਠਿੰਡਾ ਚ ਪੋਜ਼ਿਟਿਵ ਹੋਇਆ ਰੋਪੜ ਚ ਤਿੰਨ ਨੇ ਇੱਕ ਫਾਰਨ ਰਿਟਰਨਡ ਹੈ ਦੋ ਨਵੇਂ ਨੇ ਫਜ਼ਿਲਕਾ ਚ ਇੱਕ ਨੇ ਟਰੈਵਲ ਹਿਸਟਰੀ ਹਰਿਆਣੇ ਦੀ ਹੈ ਔਰ ਬਰਨਾਲਾ ਚ ਇੱਕ ਹੈ ਬਰਨਾਲਾ ਚ ਵੀ ਇੱਕ ਨਵਾਂ ਕੇਸ ਹੈ ਸੋ 217 ਬੀਤੇ 24 ਘੰਟਿਆਂ ਦੇ ਦਰਮਿਆਨ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੈਕਮੇ ਵੱਲੋਂ ਆਂਕੜੇ ਜਾਰੀ ਕੀਤੇ ਗਏ ਨੇ ਇਹਨਾਂ ਦੇ ਵਿੱਚੋਂ 17 ਨੇ ਜਿਹੜੇ 217 ਚੋਂ 17 ਦੇ ਵਿੱਚ ਜਿਹੜੀ ਪੋਜ਼ਿਟਿਵ ਆ ਕੇਸਸ ਨੇ ਉਹਨਾਂ ਦੇ ਵਿੱਚ ਸੋਰਸ ਆਫ ਇਨਫੈਕਸ਼ਨ ਜਿਹੜੀ ਉਹ ਆਊਟ ਆਫ ਪੰਜਾਬ ਹੈ ਜਿਹੜੀ ਉਹ ਦੱਸੀ ਗਈ ਹੈ ਔਰ ਬੀਤੇ 24 ਘੰਟਿਆਂ ਦੌਰਾਨ 72 ਲੋਕਾਂ ਨੂੰ ਛੁੱਟੀ ਮਿਲੀ ਹੈ ਅਮਰਸਰ ਚ 17 ਸੰਗਰੂਰ ਚ 24 ਪਟਿਆਲਾ ਚ 17 ਮੁਹਾਲੀ ਚ 4 ਪਠਾਨਕੋਟ ਇੱਕ ਤਰਨਤਾਰਨ 6 ਹੁਸ਼ਿਆਰਪੁਰ ਇੱਕ ਮੁਕਸਰ ਇੱਕ ਬਰਨਾਲਾ ਇੱਕ ਇਹਦਾ ਮਤਲਬ ਹੈ ਕਿ ਲੋਕ ਠੀਕ ਹੋ ਰਹੇ ਨੇ ਔਰ ਚਾਰ ਜੱਥ ਰਿਪੋਰਟ ਹੋਏ ਨੇ ਕੱਲ ਸ਼ਾਮ ਤੱਕ ਅਮਰਸਰ ਚ ਇੱਕ ਜਲੰਧਰ ਚ ਇੱਕ ਫਤਗੜ ਸਾਹਿਬ ਇੱਕ ਔਰ ਮੁਹਾਲੀ ਦੇ ਵਿੱਚ ਸੋ ਇਹ ਪੰਜਾਬ ਦੇ ਵਿੱਚ ਕੋਵਿਡ ਦੀ ਸਥਿਤੀ ਔਰ ਪੰਜ ਵੱਡੇ ਸ਼ਹਿਰਾਂ ਦੀ ਗੱਲ ਕਰੂੰਗਾ ਲੁਧਿਆਣਾ ਜਲੰਧਰ ਅਮਰਸਰ ਸ਼ੰਗਰੂਰ ਪਟਿਆਲਾ 500 ਤੋਂ ਕੁੱਲ ਕੇਸ ਪਾਰ ਨੇ ਇਨ੍ਹਾਂ ਪੰਜਾਂ ਜ਼ਿਲ੍ਹਿਆਂ 'ਚ ਲੁਧਿਆਣਾ 'ਚ 1287 646 ਐਕਟਿਵ ਨੇ 611 ਠੀਕ ਹੋਏ ਨੇ 30 ਵਰਗਵਾਸ ਜਲੰਧਰ 'ਚ ਕੁੱਲ 1110 ਨੇ 411 ਐਕਟਿਵ ਨੇ 676 ਅਜ ਤੱਕ ਠੀਕ ਹੋਏ ਨੇ ਅਜ ਤੱਕ 23 ਵਰਗਵਾਸ ਅਮਰਸਰ 'ਚ ਕੁੱਲ 10121 ਨੇ 153 ਐਕਟਿਵ ਨੇ 817 ਠੀਕ ਹੋਏ ਨੇ ਪੂਰੇ ਪੰਜਾਬ ਚ ਅੰਮ੍ਰਿਤਸਰ ਚ ਸਭ ਤੋਂ ਵੱਧ ਠੀਕ ਹੋਏ ਨੇ 817 ਔਰ 52 ਕੁੱਲ ਅੰਮ੍ਰਿਤਸਰ ਚ ਦੁਨੀਆ ਤੋਂ ਵਿਦਾ ਹੋਏ ਨੇ ਸ਼ੰਗਰੂਰ ਚ ਕੁੱਲ ਕੇ 622 ਨੇ 111 ਐਕਟਿਵ ਕੇਸ ਨੇ 494 ਨੇ ਜਿਹੜੇ ਉਹ ਠੀਕ ਹੋ ਚੁੱਕੇ ਨੇ 17 ਕੁੱਲ ਨੇ ਜਿਹੜੇ ਉਹ ਸਵਰਗਵਾਸ ਹੋਏ ਨੇ ਪਟਿਆਲਾ ਚ ਕੁੱਲ 508 ਨੇ 275 ਐਕਟਿਵ ਨੇ 223 ਠੀਕ ਹੋ ਚੁੱਕੇ ਨੇ ਔਰ 10 ਕੁੱਲ ਨੇ ਜਿਹੜੇ ਉਹ ਸਵਰਗਵਾਸ ਹੋਏ ਨੇ ਸੋ ਇਹ ਪੰਜਾਬ ਦੇ ਵਿੱਚ ਕੋਵਿਡ ਦੀਆਂ ਸਥਿਤੀਆਂ ਨੇ ਤੇ ਹੁਣ ਕੁਝ ਸਿਆਸੀ ਸਰਗਰਮੀਆਂ ਦਾ ਰੁਖ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਪੰਜਾਬ 'ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ ਹੈ ਸਾਰੀਆਂ ਪੋਲਿਟਿਕਲ ਧਿਰਾਂ ਇੱਕ ਦੂਸਰੇ ਤੇ ਸਖਤ ਸਿਆਸੀ ਹਮਲਾ ਕਰ ਰਹੀਆਂ ਨੇ ਵਿਕਰਮਜੀਠੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਸ਼ਾ ਵਰਕਰ ਹੈਲਥ ਵਰਕਰਾਂ ਦਾ ਨਾਲ ਕੀਤੇ ਵਾਅਦੇ ਕੈਪਟਨ ਸਰਕਾਰ ਨੇ ਪੂਰੇ ਨਹੀਂ ਕੀਤੇ ਹਾਲਾਂਕਿ ਪੰਜਾਬ 'ਚ ਕਈ ਥਾਈਂ ਸਿਹਤ ਕਾਮੇ ਵੀ ਪੋਜ਼ਿਟਿਵ ਹੋ ਰਹੇ ਨੇ ਵਿਕਰਮਜੀਠੀ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਨਿਭਾਏ ਬੜੀ ਹਰਾਨਗੀ ਹੁੰਦੀ ਹੈ ਔਰ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਆਸ਼ਾ ਵਰਕਰਸ ਹੋ ਗਿਆਂ ਫਾਰਮਾਸਿਸਟ ਹੋ ਗਏ ਅੱਜ ਵੀ ਉਹਨਾਂ ਦੀ ਖਬਰ ਲੱਗੀ ਹੈ ਜਿਹੜੀ ਡੇਲੀ ਗਰਾਉਂਡ ਵਰਕ ਕਰ ਰਿਹਾ ਸਾਡੇ ਹੈਲਥ ਵਾਰੀਅਰਸ ਘਰ ਘਰ ਜਾ ਰਹੇ ਆ ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਜੋ ਉਹਨਾਂ ਨੇ ਡਿਮਾਂਡਾ 2017 ਚ ਖਜ਼ਾਨਾ ਮੰਤਰੀ ਸਾਹਿਬ ਅੱਗੇ ਰੱਖੀਆਂ ਸਨ ਮੁੱਖ ਮੰਤਰੀ ਸਾਹਿਬ ਅੱਖੇ ਰੱਖੀਆਂ ਸਨ ਉਹਨਾਂ ਨੂੰ ਇਹ ਕਿਹਾ ਗਿਆ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਮੈਨੀਫੈਸਟੋ ਰਿਲੀਜ਼ ਕੀਤਾ ਉਸ ਮੈਨੀਫੈਸਟੋ ਚ ਕਿ ਪਹਿਲੀ ਕੈਬਨਿਟ ਚ ਤੁਹਾਨੂੰ ਕੱਚਿਆਂ ਤੋਂ ਪੱਕੇ ਔਰ ਥਰਟੀ ਆਸ਼ਾ ਵਰਕਰ ਦੀਆਂ ਸਾਰੀਆਂ ਡਿਮਾਂਡ ਫਾਰਮਾਸਿਸਟ ਦੀਆਂ ਸਾਰੀਆਂ ਡਿਮਾਂਡ ਡਾਕਟਰ ਦੀਆਂ ਕੰਟਰੈਕਚੁਅਲ ਸਾਰੀਆਂ ਡਿਮਾਂਡ ਇਹ ਸਾਰੀਆਂ ਮੀਟ ਹੋਣਗੀਆਂ ਇੱਕ ਪਾਸੇ ਜਿਹੜੇ ਫਰੰਟ ਲਾਈਨ ਤੇ ਸਾਡੇ ਕੋਵਿਡ ਵਾਰੀਅਰਸ ਉਹ ਜਿਹੜੇ ਇੰਟਰਨਸ ਨੇ ਡਾਕਟਰਸ ਜਿਨ੍ਹਾਂ ਦੀ ਹੁਣੇ ਪਿਛਲੇ ਸਮੇਂ ਉਹਨਾਂ ਨੂੰ ਵੀ ਮਾਰ ਮਾਰੀ ਸੀ ਐਮਬੀਬੀਐਸ ਦੀਆਂ ਫੀਸਾਂ ਪੰਜਾਬ 'ਚ ਸਭ ਤੋਂ ਵੱਧ ਕਰਤੀਆਂ 8 ਲੱਖ ਰੁਪਈਆ ਤੇ ਉਹਨਾਂ ਦੀ ਇੰਟਰਨਸ ਥੱਟ ਜਿਹੜਾ ਸਟਾਈਪੈਂਡ ਹੈ ਉਹ ਸਭ ਤੋਂ ਘੱਟ ਉਹਨਾਂ ਦੇ ਵਕਰੇ ਮੁੱਤੇ ਮਗਰ ਉਹਨਾਂ ਵੱਲ ਕੋਈ ਧਿਆਨ ਨਹੀਂ ਉਧਰ ਵਿਕਮਜੀਤ ਸਿੰਘ ਨੇ ਭਗਵੰਤ ਮਾਨ ਤੇ ਵੀ ਤਿੱਖਾ ਸਿਆਸੀ ਹਮਲਾ ਕੀਤਾ ਉਹਨਾਂ ਕਿਸ ਦਿਸ਼ਾ ਦੇ ਇਸ਼ਾਰਾ ਕੀਤਾ ਹੈ ਭਗਵੰਤ ਮਾਨ ਨੂੰ ਆਓ ਸੁਣਦੇ ਹਾਂ ਪਤਾ ਨਹੀਂ ਨਾ ਤੁਹਾਨੂੰ ਪਹਿਲਾਂ ਤਾਂ ਉਹਦਾ ਵੀ ਟੈਕ ਟੈਸਟ ਕਰਨਾ ਪੈਂਦਾ ਉਹ ਜਿਹੜਾ ਫੂਕ ਮਾਰ ਕੇ ਜਿਹੜਾ ਹੁੰਦਾ ਉਹ ਕੀ ਕਹਿੰਦੇ ਟੈਸਟ ਕਹਿੰਦੇ ਉਹਨੂੰ ਕਿ ਜਿਹੜਾ ਸੋ ਸੋਫੀ ਆ ਕਿ ਨਹੀਂ ਆ ਪਹਿਲਾਂ ਉਹ ਟੈਸਟ ਕਰੋ ਫੇਰ ਮੈਂ ਆ ਦੀ ਗੱਲ ਦਾ ਜਵਾਬ ਦਵਾਂ ਐ ਤਾਂ ਮੈਂ ਕੇਜਰੀਵਾਲ ਸਾਹਿਬ ਖਲਾਬ ਵੀ ਕੁਛ ਦੀ ਬੋਲਦਾ ਤੇ ਫਿਰ ਫਿਰ ਮੇਰੀ ਉਹਦੇ ਨਾਲ ਕੀ ਥਾਂ ਚਗਾਟੇ ਨੂੰ ਪਤਾ ਇਤਲੀਓ ਨਾ ਮੇਰਾ ਫਿਕਰ ਕਰੋ ਬਾਲਾ ਉਹਦਾ ਦਿਲ ਨੂੰ ਵੀ ਨਾ ਲਾਇਆ ਕਰੋ ਨੇਹੀ ਦੱਸਣਾ ਸੀ ਕਿ ਮੈਂ ਮੁੜਿਆ ਆ ਮੇਰੀ ਲੱਤ ਗਈ ਆ ਹੁਣ ਮੈਨੂੰ ਸਵਾਲ ਕਰ ਲਓ ਤੁਹਾਨੂੰ ਦੱਸਣਾ ਸੀ ਹੋਰ ਕੋਈ ਕਾਰਨ ਨਹੀਂ ਇਤਲੀ ਡੋਨਟ ਟੇਕ ਹਿਮ ਟੂ ਸੀਰੀਅਸਲੀ ਇਸ ਤੋਂ ਪਹਿਲਾਂ ਕੱਲ ਭਗਵੰਤ ਮਾਨ ਨੇ ਵੀ ਇੱਕ ਬਿਆਨ ਜਾਰੀ ਕੀਤਾ ਭਗਵੰਤ ਮਾਨ ਨੇ ਵੀ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਸੁਖਬੀਰ ਬਾਦਲ ਨੂੰ ਬੀਬੀ ਹਰਸਿਮਰਤ ਬਾਦਲ ਨੂੰ ਸਿਆਸੀ ਨਿਸ਼ਾਨੇ ਤੇ ਲਿਆ ਮਜੀਠੀਆ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਆਪਸ ਦੇ ਵਿੱਚ ਇੱਕ ਦੂਜੇ ਤੇ ਸਿੱਖੇ ਅਤੇ ਨਿੱਜੀ ਸਿਆਸੀ ਬਿਆਨ ਵੀ ਅਕਸਰ ਦੰਦੇ ਨੇ ਭਗਵੰਤਬਾਨ ਦੀ ਗੱਲ ਸੁਣਦੇ ਆ ਰਾਜਨੀਤੀ ਦੇ ਵਿੱਚ ਕਈ ਵਾਰੀ ਜਿਹੜੀ ਚੁੱਪ ਹੈ ਉਹ ਵੀ ਵੱਡੇ ਬਿਆਨਾਂ ਤੋਂ ਵੱਡੀ ਹੋ ਜਾਂਦੀ ਹੈ ਮਤਲਬ ਬਿਆਨ ਦੇਣ ਨਾਲੋਂ ਚੁੱਪ ਵੀ ਕਈ ਵਾਰੀ ਵੱਡੇ ਅਰਥ ਰੱਖ ਜਾਂਦੀ ਹੈ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡੇ ਉਥਲ ਪੁਥਲ ਹੋ ਰਹੇ ਨੇ ਪਰ ਇੱਕ ਬਹੁਤ ਹੀ ਗੰਭੀਰ ਜਿਹੜਾ ਉਥਲ ਪੁਥਲ ਹੈ ਜਿਹਦਾ ਹਜੇ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਮੈਂ ਉਹਦੇ ਬਾਰੇ ਅੱਜ ਗੱਲ ਕਰਨੀ ਚਾਹੁੰਦਾ ਜਦੋਂ ਦੀ ਸੁਖਦੇਵ ਸਿੰਘ ਢੀਂਸਾ ਨੇ ਆਪਣੀ ਪਾਰਟੀ ਬਣਾਈ ਹੈ ਉਹਦਾ ਨਾਮ ਸ਼੍ਰੋਮਣੀ ਕਾਰੀ ਦਲ ਰੱਖ ਕੇ ਕਿਹਾ ਕਿ ਅਸਲੀ ਸ਼੍ਰੋਮਣੀ ਕਾਰੀ ਦਲ ਜਿਹੜਾ ਅਸੀਂ ਬਣਾਇਆ ਉਹ ਉਹ ਹੈ ਤੇ ਸ਼੍ਰੋਮਣੀ ਕਾਲ ਦਲ ਬਾਦਲ ਜਿਹੜਾ ਹੈ ਉਹ ਬਾਦਲ ਧੜਾ ਇਸ ਕਰਕੇ ਉਹ ਟੱਕੜੀ ਤੇ ਵੀ ਚੋਣ ਨਿਸ਼ਾਨ ਤੇ ਆਪਣਾ ਦਾਵਾ ਕਰ ਰਹੇ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਆਪਣੀ ਹੋਂਦ ਬਚਾਉਣ ਦੀ ਪਰ ਜਦੋਂ ਦੀ ਸੁਖਦੇਵ ਸਿੰਘ ਹਿੰਸਾ ਨੇ ਪਾਰਟੀ ਬਣਾਈ ਹੈ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਮੱਥਾ ਟੇਕ ਕੇ ਵੀ ਆਏ ਨੇ ਐਕਟੀਵਿਟੀਆਂ ਕਰਾਤੀਆਂ ਉਹਨਾਂ ਨੇ ਹਰ ਰੋਜ਼ ਉਹਨਾਂ ਦੇ ਬਿਆਨ ਵੀ ਆਉਂਦੇ ਆ ਉਹਨਾਂ ਦੇ ਬੰਦੇ ਟੀਵੀ ਚੈਨਲਾਂ ਤੇ ਡਿਬੇਟਸ ਵੀ ਵੰਦੇ ਨੇ ਪਰ ਹਰ ਗੱਲ ਤੇ ਪ੍ਰੈਸ ਕਾਨਫਰੈਂਸ ਕਰਨ ਵਾਲੇ ਵਿਕਰਮਜੀਤ ਮਜੀਠੀਆ ਅਤੇ ਉਹਨਾਂ ਦੀ ਭੈਣ ਹਰ ਸਿਮਰਤ ਕੋਰ ਵੱਲੋਂ ਇੱਕ ਵੀ ਲਫਜ਼ ਨਾ ਬੋਲਣਾ 3 ਸਾਰੀ ਪਾਰਟੀ ਦੇ ਵਿਰੁੱਧ ਜਾਂ ਪਾਰਟੀ ਬਣਾਉਣ ਦਾ ਜੋ ਉਹਨਾਂ ਨੇ ਕੀਤਾ ਪ੍ਰੋਸੈਸ ਉਹਦੇ ਵਿਰੁੱਧ ਨਾ ਬੋਲਣਾ ਇਹ ਬਹੁਤ ਵੱਡੇ ਸਵਾਲ ਪੈਦਾ ਕਰਦਾ ਉਧਰ ਵਿਕਰਮ ਜੀਠੀਆਂ ਨੇ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਤਾਂ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚੋਂ ਲੰਘਣ ਦੀ ਗੱਲ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਆਕਾਰਾਂ ਖਰੀਦ ਰਹੀ ਹੈ ਵਿਕਰਮ ਜੀਠੇ ਦਾ ਇਹ ਬਿਆਨ 17 ਨੋਵਾ ਗੱਡੀਆਂ ਲੈਲੀਆਂ ਨੇ ਤੇ ਵੰਡਤੀਆਂ ਨੇ ਪੰਜ ਹੋਰ ਲੈ ਲਿਆ ਜੇ ਉਹਨਾਂ ਦਾ ਸਾਰਾ ਹਿਸਾਬ ਲਵਾਓ 5.5 ਕਰੋੜ ਰੁਪਈਆ ਔਰ ਜਿਹੜੀ ਇਹ ਗੱਡੀਆਂ ਦੀ ਖਰੀਦ ਕੀਤੀ ਜਾ ਰਹੀ ਹੈ 5 ਕਰੋੜ ਖਰਚਾ ਜਾ ਰਿਹਾ ਹੈ ਇਹ ਫਜ਼ੂਲ ਖਰਚੀ ਹੈ ਇਹ ਸਮਾਣੀਕ ਪਾਸੇ ਤੁਹਾਡਾ ਖਜ਼ਾਨਾ ਖਾਲੀ ਹੈ ਇਹ ਪੈਸੇ ਹੈਲਥ 인ਫਰਾਸਟ੍ਰਕਚਰ ਵਾਸਤੇ ਜਾਂ ਆਸ਼ਾ ਵਰਕਰਸ ਦੇ ਭਲੇ ਵਾਸਤੇ ਜਾਂ ਫਾਰਮੈਸੀ ਦੀ ਜਿਹੜੀ ਡਿਮਾਂਡਾਂ ਨੇ ਉੱਥੇ ਪੈਸੇ ਖਰਚੋਣ ਜਾਂ ਮੈਡੀਕਲ ਇਨਫਰਾਸਟ੍ਰਕਚਰ ਨੂੰ ਬੈਟਰ ਕਰਨ ਵਾਸਤੇ ਹੋਵੇ ਇਹ ਗੱਡੀਆਂ-ਗੱਡੀਆਂ ਤੇ ਫੇਰ ਲੈ ਲੈਣ ਗੱਡੀਆਂ ਲੈ ਕੇ ਜਾਣਾ ਕਿੱਥੇ ਅਜੇ ਲੋਕਡਾਊਨ ਲੱਗਿਆ ਜਾਣਾ ਇਹਨਾਂ ਨੇ ਕਿੱਥੇ ਘਰੋਂ ਤਾਂ ਨਿਕਲਦੇ ਨਹੀਂ ਅੱਦੇ ਇੰਨਾ ਚੋਂ ਬਾਹਰ ਆਮ ਆਦਮੀ ਟੋਲਾ-ਪੋਲੇ ਆ ਨਾਲ ਹੀ ਆਪ ਵਾਲੇ ਐਮਐਲਏ ਕਹਿੰਦੇ ਇਹਨਾਂ ਨੇ ਇਹ ਨਹੀਂ ਆਖਿਆ ਕਿ ਗੱਡੀਆਂ ਨਾ ਲਿਓ ਉਹਨੂੰ ਕਹੀ ਜਾਂਦੇ ਕਿ ਸਾਨੂੰ ਪਹਿਲਾਂ ਦੇ ਤੁਸੀਂ ਫੇਰ ਲੈ ਲਿਓ ਅਮਨ अरोੜਾ ਜੀ ਤਾਂ ਲੈ ਵੀ ਗਏ ਕਿੱਥੇ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਇਸ ਚੇ ਲਈ ਗੱਡੀ ਮਿਲ ਜਾਂਦੀ ਹੈ ਕੋਈ ਸਾਡੇ ਖਿਲਾਫ ਮੋਰਚਾ ਖੋਲਦੇ ਚਲੋ ਕਿਉਂ ਹੁਣ ਸੁਣਦਿਆਂ ਕੁਝ ਹੋਰ ਤਾਜ਼ੇ ਬਿਆਨ ਦੇਖੋ ਪੰਜਾਬ ਪੁਲਿਸ ਨੂੰ ਇੱਕ ਗੱਲ ਦੀ ਤਾਂ ਵਧਾਈ ਦੇਣਾ ਮੈਂ ਕੈਪਟਨ ਸਾਹਿਬ ਨੂੰ ਕਿ ਕਰੋਨਾ ਮਾਰਨ ਦਾ ਇਹਨਾਂ ਨੇ ਦੁਨੀਆ 'ਚ ਨਵੇਕਲਾ ਹੀ ਕਦਮ ਲੱਭਿਆ ਇੱਕ ਤਾਂ ਡਾਂਗ ਮਰਵਾਉਂਦੇ ਪੰਜਾਬ ਪੁਲਿਸ ਤੋਂ ਤਾਂ ਇਹ ਕਰੋਨਾ ਮਾੜੀ-ਮੋਟੀ ਕਾਬੂ ਕਰ ਲੈਂਦੇ ਜਾਂ ਇਹ ਜਿਹੇ ਲੈਬਾਂ ਨੂੰ ਦੇ ਦਿੰਦੇ ਕੰਮ ਜਿਹੜਾ ਨੈਗੇਟਿਵ ਦਾ ਪੋਜ਼ਿਟਿਵ ਪੋਜ਼ਿਟਿਵ ਦਾ ਨੈਗੇਟਿਵ ਤੇ ਜਿਹੜਾ ਆ ਫਿਗਰ ਫਿਗਰਸ ਵਾਚਿੰਗ ਕਹਿੰਦੇ ਜਿਹਨੂੰ ਅਸੀਂ ਗੋਲਮਾਲ ਜਿਹੜਾ ਕਾਗਜ਼ਾਂ 'ਚ ਕਰ ਦਿੰਦੇ ਤਦੇ ਹੁਣ ਐਡਾ ਕਹਿਰ ਫੈਲ ਰਿਹਾ ਅਸਲੀਅਤ ਕੁਝ ਹੋ ਰਹਾ ਕੰਮ ਕੁਝ ਹੋ ਰਹੀ ਜਾ ਰਹੀ ਇਸ ਲਈ ਇਹਦੇ ਸਾਰੇ ਕੰਮ ਲਈ ਤਾਂ ਵੱਡਾ ਧੰਨਵਾਦ ਡਾਕਟਰ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਦਾ ਹੀ ਕਰਨਾ ਪਵੇ। ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੇਂ ਤੇ ਤਾਜ਼ੇ ਅਪਡੇਟ ਨਾਲ ਫਿਰ ਮੁਲਾਕਾਤ ਹੋਏਗੀ। सुरेंद्र ਡੱਲਨ ਨੂੰ ਜੁਆਜ਼ਤ ਬਹੁਤ-ਬਹੁਤ ਧੰਨਵਾਦ।